ਸਾਹੀ ਗੁਰੂ ਸਾਹਿਬ ਜੀਓ ਜਾ ਅਛਲ ਅਸ਼ੇਦ ਅਪੇਦ ਸਮਾਇਆ ਊਹਾਂ ਕਿਸੈ ਬਿਆਪਤ ਮਾਇਆ ਆਪਸ ਕੋ ਆਪੈ ਆਦੇਸ਼ ਤਿਹ ਗੁਣ ਕਾ ਨਾਹੀ ਪਰਵੇਸ਼ ਜਹ ਏਕੈ ਏਕ ਏਕ ਭਗਵੰਤਾ ਤਹ ਕੌਣ ਅਚਿੰਤ ਕਿਸ ਲਾਗੈ ਚਿੰਤਾ ਜਹਾਂ ਆਪਣ ਆਪ ਆਪ ਪਤੀਆਰਾ ਤਹ ਕੌਣ ਕਥੈ ਕੌਣ ਸੁਣਨੈ ਹਾਰਾ ਬਹੁ ਬੇਅੰਤ ਊਚ ਤੇ ਊਚਾ ਨਾਨਕ ਆਪਸ ਕੋ ਆਪੈ ਪਹੁੰਚਾ ਨਾਨਕ ਆਪਸ ਕੋ ਆਪੈ ਪਹੁੰਚਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਚਰਨਾਂ ਦੇ ਵਿੱਚ ਪਿਆਰ ਭਰੀ ਗੋਦ ਦਾ ਆਨੰਦ ਮਾਣਨ ਲਈ ਸਤਸੰਗਤ ਰੂਪੀ ਮਹਾਨ ਤੀਰਥ 'ਤੇ ਵਿਰਾਜਮਾਨ ਗੁਰੂ ਪਿਆਰ ਵਾਲੇ ਗੁਰੂ ਸਵਾਰੀ ਸਤਸੰਗੀ ਜਨੋ, ਇਹ ਜਿਸ ਪਾਵਨ ਪੌੜੀ ਦਾ ਪਾਠ ਆਪਾਂ ਉਚਾਰਨ ਕੀਤਾ ਹੈ, ਸੁਖਮਨੀ ਸਾਹਿਬ ਜੀ ਦੀ 21ਵੀਂ ਅਸ਼ਟਪਦੀ ਦੀ ਇਹ 6ਵੀਂ ਪੌੜੀ ਹੈ। ਕਿਉਂਕਿ ਇਸ ਪੂਰੀ ਅਸ਼ਟਪਦੀ ਦੇ ਵਿੱਚ ਗੱਲ ਉਸ ਸਮੇਂ ਦੀ ਚੱਲ ਰਹੀ ਹੈ ਜਦੋਂ ਉਹ ਵਾਹਿਗੁਰੂ ਪਰਮੇਸ਼ਰ ਸਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪ, ਜਦੋਂ ਉਹ ਬਿਲਕੁਲ ਅਫਰ ਸੁਨ ਸਮਾਧ ਅਵਸਥਾ ਦੇ ਵਿੱਚ ਸੀ। ਗੱਲ ਉਸ ਸਮੇਂ ਦੀ ਗੁਰੂ ਅਰਜਨ ਸਾਹਿਬ ਪੂਰੀਆਂ ਪੌੜੀਆਂ ਵਿੱਚ ਕਰ ਰਹੇ ਹੈ, ਜਦੋਂ ਨਾ ਦਿਨ ਰਹਿਣ ਨਾ ਚੰਦ ਨਾ ਸੂਰਜ ਸੁਨ ਸਮਾਧ ਲਗਾਏਗਾ, ਉਸ ਸਮੇਂ ਦੀ ਗੱਲ ਕਰ ਰਹੇ ਨੇ। ਔਰ ਨਾਲ ਨਾਲ ਸਾਨੂੰ ਇਹ ਸਮਝਾ ਰਹੇ ਨੇ ਜੇ ਭਾਈ ਤੇਰੇ ਹਿਰਦੇ ਦੇ ਅੰਦਰ ਵੀ ਉਹ ਸੁਨ ਸਮਾਧ ਅਫਰ ਅਵਸਥਾ ਬਣ ਜਾਏ, ਜੇ ਤੇਰੇ ਹਿਰਦੇ ਦੇ ਵਿੱਚ ਵੀ ਇੱਕ ਵਾਹਿਗੁਰੂ ਪਰਮੇਸ਼ਰ ਤੋਂ ਬਿਨਾਂ ਦੂਜਾ ਹੋਵੇ ਹੀ ਨਾ, ਤਾਂ ਫਿਰ ਇਹ ਮਨ ਕੈਸਾ ਹੋ ਜਾਏਗਾ, ਜੀਵਨ ਦੀ ਅਵਸਥਾ ਕੈਸੀ ਹੋ ਜਾਏਗੀ, ਨਾਲ ਇਹ ਸਾਨੂੰ ਸਮਝਾ ਰਹੇ ਹੈ। ਜਹਾਂ ਅਛਲ ਅਸ਼ੇਦ ਅਭੇਦ ਸਮਾਇਆ,
ਜਦੋਂ ਉਹ ਵਾਹਿਗੁਰੂ ਪਰਮੇਸ਼ਰ ਅਛਲ ਅਛੇਦ ਅਭੇਦ ਜਿਨ੍ਹਾਂ ਦੇ ਵਿੱਚ ਸਮਾਇਆ ਹੈ। ਅਛਲ ਦਾ ਅਰਥ ਹੈ ਜੋ ਛਲਿਆ ਨਾ ਜਾ ਸਕੇ, ਜਿਸ ਨੂੰ ਠੱਗਿਆ ਨਾ ਜਾ ਸਕੇ, ਜਿਸ ਨਾਲ ਚਲਾਕੀ ਨਾ ਕੋਈ ਹੋ ਸਕੇ, ਕਹਿੰਦੇ ਅਛਲ ਹੈ। ਅਛੇਦ, ਜਿਸ ਨੂੰ ਛੇਦਿਆ ਨਾ ਜਾ ਸਕੇ, ਨਾਸ਼ ਨਾ ਕੀਤਾ ਜਾ ਸਕੇ, ਅਛੇਦ ਹੈ। ਅਭੇਦ, ਜਿਸ ਦਾ ਭੇਤ ਨਾ ਪਾਇਆ ਜਾ ਸਕੇ, ਅਭੇਦ ਹੈ। ਜਦੋਂ ਉਹ ਨਾ ਛਲਿਆ ਜਾਣ ਵਾਲਾ, ਨਾ ਨਾਸ਼ ਹੋਣ ਵਾਲਾ, ਨਾ ਭੇਤ ਦਿੱਤੇ ਜਾਣ ਵਾਲਾ ਵਾਹਿਗੁਰੂ ਪਰਮੇਸ਼ਰ, ਜਦੋਂ ਉਹ ਆਪਣੇ ਆਪ ਦੇ ਵਿੱਚ ਹੀ ਸਮਾਇਆ ਹੋਇਆ ਸੀ, ਉਹਾਂ ਕਿਸੇ ਵਿਆਪਤ ਮਾਇਆ, ਵਿਆਪਤ ਦਾ ਅਰਥ ਹੁੰਦਾ ਵਾਪਰਨਾ, ਅਸਰ ਹੋਣਾ, ਫਿਰ ਉਦੋਂ ਕਿੱਥੇ ਉਹ ਮਾਇਆ ਵਿਆਪ ਰਹੀ ਸੀ, ਨਹੀਂ ਵਿਆਪ ਰਹੀ ਸੀ। ਕਿਉਂਕਿ ਮਾਇਆ ਹੋਵੇਗੀ ਤਾਂ ਵਿਆਪੇਗੀ, ਜਿਹੜੀ ਚੀਜ਼ ਹੈ ਹੀ ਨਹੀਂ ਹੈ ਉਹ ਵਿਆਪੇਗੀ ਕਿਵੇਂ। ਜਦੋਂ ਹੈ ਹੀ ਕੇਵਲ ਉਹ ਵਾਹਿਗੁਰੂ ਪਰਮੇਸ਼ਵਰ, ਵਾਹਿਗੁਰੂ ਇੱਕ ਕੇਵਲ ਆਪ ਹੀ ਹੈ, ਮਾਇਆ ਤਾਂ ਉਸ ਵਾਹਿਗੁਰੂ ਪਰਮੇਸ਼ਵਰ ਨੇ ਬਣਾਈ ਹੋਈ ਹੈ, ਤੋ ਉਸ ਸਮੇਂ ਫਿਰ ਇਹ ਮਾਇਆ ਦਾ ਵੀ ਜ਼ੋਰ ਨਹੀਂ ਸੀ। ਉਹਾਂ ਕਿਸੇ ਵਿਆਪਤ ਮਾਇਆ, ਉਦੋਂ ਕਦੋਂ ਕਿਸੇ ਦੇ ਉੱਪਰ ਮਾਇਆ ਵਿਆਪਦੀ ਹੋਵੇਗੀ, ਅਸਰ ਕਰਦੀ ਹੋਵੇਗੀ, ਭਾਵ ਨਹੀਂ ਕਰਦੀ ਸੀ। ਆਪਸ ਕਉ ਆਪੈ ਆਦੇਸ਼, ਆਪਸ ਕਉ ਆਪਣੇ ਆਪ ਨੂੰ, ਆਪੈ ਆਦੇਸ਼, ਆਪ ਹੀ ਆਦੇਸ਼ ਕਰਦਾ ਹੈ ਵਾਹਿਗੁਰੂ ਪਰਮੇਸ਼ਵਰ। ਜਿਹੜਾ ਗੁਰਮੁਖੋ ਆਦੇਸ਼ ਸ਼ਬਦ ਹੈ ਨਾ, ਇਹ ਯੋਗੀਆਂ ਦੀ ਭਾਸ਼ਾ ਦਾ ਸ਼ਬਦ ਹੈ। ਜਦੋਂ ਅਸੀਂ ਸੋਦਰ ਦੀ ਪੌੜੀ ਪੜ੍ਹਦੇ ਹਾਂ ਜਪਜੀ ਸਾਹਿਬ ਦੀ ਬਾਣੀ 'ਚ, ਸੋਦਰ ਦੀ ਪੌੜੀ ਸਮਾਪਤ ਹੁੰਦੇ ਹੀ ਅੱਗੇ ਫਿਰ ਆਦੇਸ਼ ਤਿਸੈ ਆਦੇਸ਼ ਦੀਆਂ ਚਾਰ ਪੌੜੀਆਂ ਆਰੰਭ ਹੋ ਜਾਂਦੀਆਂ ਨੇ। ਉਹ ਜਿਹੜੀਆਂ ਚਾਰ ਪੌੜੀਆਂ ਨੇ, ਉਹ ਗੁਰੂ ਨਾਨਕ ਸਾਹਿਬ ਪਾਤਸ਼ਾਹ ਯੋਗੀਆਂ ਦੇ ਨਾਲ ਚਰਚਾ ਕਰ ਰਹੇ ਨੇ, ਉਹ ਗੱਲਬਾਤ ਹੈ ਸਾਰੀ। ਮੁੰਦਾ ਸੰਤੋਖ ਸਰਮਪਤ ਝੋਲੀ, ਧਿਆਨ ਕੀ ਕਰੈ ਵਿਭੂਤ, ਖਿੰਥਾ ਕਾਲ ਕੁਵਾਰੀ ਕਾਇਆ, ਜੁਗਤ ਡੰਡਾ ਪ੍ਰਤੀਤ। ਇੱਦਾਂ ਉਹਦੇ ਵਿੱਚ ਯੋਗੀ ਨੇ ਜਿਹੜੇ, ਜਦੋਂ ਯੋਗੀਆਂ ਦੇ ਕੋਲ ਬਹੁਤਾਂਤ ਵਿਦਵਾਨ ਇਹ ਕਹਿੰਦੇ ਨੇ ਵੀ ਇਹ ਚਰਚਾ ਸੁਮੇਰ ਪਰਬਤ ਵਾਲੀ ਹੈ, ਕਿਉਂਕਿ ਜਿਹੜਾ ਜਪਜੀ ਸਾਹਿਬ ਦੀ ਬਾਣੀ ਆ ਨਾ, ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਗੁਰਮੁਖੋ ਜਪਜੀ ਸਾਹਿਬ ਦੀ ਜਿਹੜੀ ਬਾਣੀ ਹੈ ਉਹ ਸਭ ਤੋਂ ਅਖੀਰ ਦੇ ਵਿੱਚ ਉਚਾਰਨ ਕੀਤੀ ਹੈ, ਬਹੁਤ ਵਿਦਵਾਨ ਇਹ ਕਹਿੰਦੇ ਨੇ। ਕਰਤਾਰਪੁਰ ਸਾਹਿਬ ਦੀ ਧਰਤੀ ਦੇ ਉੱਤੇ ਜਪਜੀ ਸਾਹਿਬ ਦੀ ਬਾਣੀ ਉਚਾਰਨ ਹੋਈ।
ਅੱਛਾ, ਜਿਹੜਾ ਸੋਦਰ ਵਾਲੀ ਪੌੜੀ ਹੈ, ਕੁਝ ਇਹ ਕਹਿੰਦੇ ਨੇ ਵੀ ਉਹ ਸੁਲਤਾਨਪੁਰ ਦੇ ਵਿੱਚ ਜਦੋਂ ਗੁਰੂ ਨਾਨਕ ਸਾਹਿਬ ਪਾਤਸ਼ਾਹ ਨਦੀ ਵਿੱਚੋਂ ਬਾਹਰ ਨਿਕਲੇ ਉਦੋਂ ਉਚਾਰਨ ਹੋਈ, ਉਚਾਰਨ ਕੀਤੀ ਹੋਵੇਗੀ ਇੱਕ ਪੌੜੀ, ਕਿਉਂਕਿ ਉਹ ਵੱਖਰਾ, ਉਹ ਸ਼ਬਦ ਹੀ ਵੱਖਰਾ ਇੱਕ ਸੋਦਰ ਦਾ, ਅੱਗੇ ਜਾ ਕੇ ਆਸਾ ਰਾਗ ਦੇ ਵਿੱਚ ਆਉਂਦਾ ਹੈ। ਤੋ ਜਪਜੀ ਸਾਹਿਬ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੇ ਸੰਪੂਰਨ ਜੀਵਨ ਦੀ ਗਾਥਾ ਨੂੰ ਬਿਆਨ ਕਰਦਾ ਹੈ। ਇਹ ਕਹਿ ਲਓ ਵੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦਾ ਜਿਹੜਾ ਸੰਪੂਰਨ ਤਜਰਬਾ ਹੈ ਨਾ ਆਪਣੀ ਜ਼ਿੰਦਗੀ ਦਾ, ਉਹ ਸਾਰਾ ਬਾਬੇ ਨੇ ਜਪ ਦੀ ਬਾਣੀ ਅੰਦਰ ਗੁਰਮੁਖੋ ਉਚਾਰਨ ਕਰ ਦਿੱਤਾ ਉਹਦੇ 'ਚ। ਚਲੋ ਖੈਰ ਜਿਹੜੀ ਗੱਲ ਆਪਾਂ ਕਰਨੀ ਚਾਹੁੰਦੇ ਹਾਂ, ਉਹਦੇ 'ਚ ਜਦੋਂ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੋਗੀਆਂ ਦੇ ਕੋਲ ਜਾਂਦੇ ਨੇ, ਵੈਸੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਸੱਤ ਕਰਚਾਰ ਉਚਾਰਨ ਕਰਦੇ ਨੇ, ਵੀ ਅਸੀਂ ਹੁਣ ਫਤਿਹ ਬੁਲਾਉਂਦੇ ਹਾਂ ਨਾ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਅਸੀਂ ਇੱਕ ਦੂਜੇ ਨੂੰ ਮਿਲਦੇ ਹਾਂ ਅਤੇ ਫਤਿਹ ਬੁਲਾਉਂਦੇ ਹਾਂ। ਉਸ ਸਮੇਂ ਗੁਰੂ ਨਾਨਕ ਸਾਹਿਬ ਪਾਤਸ਼ਾਹ ਜਿੱਥੇ ਵੀ ਜਾਂਦੇ ਨੇ, ਗੁਰੂ ਨਾਨਕ ਸਾਹਿਬ ਸੱਤ ਕਰਤਾਰ ਦਾ ਨਾਰਾ ਲਾਉਂਦੇ ਸਨ, ਸੱਤ ਕਰਤਾਰ ਦਾ। ਜਦੋਂ ਅਸੀਂ ਮੱਕੇ ਦੀਆਂ ਗੋਸ਼ਟੀਆਂ ਪੜ੍ਹਦੇ ਹਾਂ, ਉੱਥੇ ਬਾਬਾ ਹਰ ਥਾਂ ਸੱਤ ਕਰਤਾਰ ਹੀ ਉਚਾਰਦਾ ਹੈ। ਪਰ ਜਦੋਂ ਜੋਗੀਆਂ ਦੇ ਕੋਲ ਗੁਰੂ ਨਾਨਕ ਸਾਹਿਬ ਪਾਤਸ਼ਾਹ ਜਾਂਦੇ ਨੇ, ਉੱਥੇ ਸੱਤ ਕਰਤਾਰ ਨਹੀਂ ਉਚਾਰਦੇ, ਉੱਥੇ ਆਦੇਸ਼ ਅਤੇ ਸਹਿ ਆਦੇਸ਼। ਕਿਉਂਕਿ ਜੋਗੀ ਲੋਕ ਸਨ, ਜੋਗੀ ਜਦੋਂ ਇੱਕ ਦੂਜੇ ਨੂੰ ਮਿਲਦੇ ਸੀ, ਉਹ ਆਦੇਸ਼ ਆਦੇਸ਼ ਪੁਕਾਰਦੇ ਸੀ, ਨਮਸਕਾਰ ਨਮਸਕਾਰ। ਆਦੇਸ਼ ਦਾ ਕੀ ਅਰਥ ਹੁੰਦਾ? ਨਮਸਕਾਰ। ਗੁਰੂ ਬਾਬਾ ਜੋਗੀਆਂ ਦੇ ਕੋਲ ਜਾਂਦਾ, ਪਰ ਉੱਥੇ ਇਹ ਨਹੀਂ ਵੀ ਗੁਰੂ ਬਾਬਾ ਜੋਗੀਆਂ ਨੂੰ ਆਦੇਸ਼ ਕਰਦਾ। ਇਹ ਨੁਕਤਾ ਬੜੇ ਧਿਆਨ ਨਾਲ ਸਮਝਣ ਵਾਲਾ। ਜੋਗੀ ਇੱਕ ਦੂਜੇ ਦੇ ਮਿਲਾਪ ਦੇ ਵੇਲੇ ਆਦੇਸ਼ ਦਿਸੈ ਆਦੇਸ਼ ਆਦੇਸ਼ ਪੁਕਾਰਦੇ ਸੀ, ਪਰ ਗੁਰੂ ਬਾਬੇ ਨੇ ਆਦੇਸ਼ ਤਾਂ ਪੁਕਾਰਿਆ, ਉਚਾਰਨ ਤਾਂ ਕੀਤਾ, ਪਰ ਉਹ ਜੋਗੀਆਂ ਦੇ ਸਾਹਮਣੇ ਨਹੀਂ। ਬਾਬੇ ਨੇ ਕਿਹਾ ਤਿਸੈ ਆਦੇਸ਼, ਉਸ ਨੂੰ ਹੈ ਨਮਸਕਾਰ। ਬਾਬਾ ਜੋਗੀਆਂ ਅੱਗੇ ਨਹੀਂ ਚੁੱਕਿਆ, ਬਾਬੇ ਦਾ ਜਿਹੜਾ ਆਦੇਸ਼ ਹੈ ਨਮਸਕਾਰ ਹੈ, ਉਹ ਕਿਸੇ ਜੋਗੀ ਅੱਗੇ ਨਹੀਂ ਹੈ, ਉਹ ਕਿਹਦੇ ਅੱਗੇ ਹੈ? ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਇੱਕ ਓਵੇਸ, ਉਸ ਇੱਕ ਵਾਹਿਗੁਰੂ ਪਰਮੇਸ਼ਰ ਦੇ ਅੱਗੇ ਹੈ ਜਿਹੜਾ ਆਦ ਅਨੀਲ ਅਨਾਦ ਅਨਾਹਤ ਹੈ। ਜਿਹੜਾ ਆਦੇਸ਼ ਸ਼ਬਦ ਹੈ ਨਾ, ਅੱਛਾ ਇੱਕ ਇੱਕ ਹੋਰ ਵੀ ਬਾਬੇ ਨੇ ਸਾਨੂੰ ਜਿਹੜੇ ਸਮਝਾਇਆ, ਇਹਦੇ 'ਚ ਇੱਕ ਨੁਕਤਾ ਹੋਰ ਵੀ ਸਾਨੂੰ ਸਮਝ ਲੱਗਦਾ ਵੀ ਜਿੱਥੇ ਜਾਈਏ ਜਿੱਥੇ ਜਾਈਏ ਹਰ ਥਾਂ ਉੱਤੇ ਆਪਣੀ ਨਹੀਂ ਚੱਲਦੀ ਹੁੰਦੀ। ਬਾਬੇ ਨੇ ਆਪਣੀ ਚਲਾਈ ਨਹੀਂ, ਜੋਗੀਆਂ ਦੇ ਕੋਲ ਕਿਹਾ ਬਾਬੇ ਨੇ, ਜੋਗੀਆਂ ਦੀ ਗੱਲ ਪਹਿਲਾਂ ਸੁਣੀ, ਉਹਨਾਂ ਦੀ ਦੇਖੀ, ਉਹਨਾਂ ਦੀ ਬੋਲੀ 'ਚ ਬਾਬਾ ਬੋਲਿਆ ਵੀ ਨਹੀਂ ਇੱਥੇ ਆਏ ਹਾਂ ਅਤੇ ਇਹਨਾਂ ਦੀ ਬੋਲੀ ਬੋਲਣੀ ਚਾਹੀਦੀ ਹੈ। ਇੱਦਾਂ ਇਸ ਕਰਕੇ ਗੁਰੂ ਨਾਨਕ, ਪਰ ਹਾਂ ਬਾਬੇ ਨੇ ਬੋਲੀ ਨੂੰ ਬਦਲਿਆ ਪਰ ਸਿਧਾਂਤ ਨਹੀਂ ਬਦਲਿਆ। ਇਹ ਨੁਕਤਾ ਵੀ ਧਿਆਨ ਦੇਣ ਵਾਲਾ ਹੈ। ਜੋਗੀਆਂ ਦੇ ਕੋਲ ਬਾਬਾ ਗਿਆ, ਬੋਲੀ ਬਦਲ ਲੈਂਦਾ, ਬੋਲੀ ਉਹਨਾਂ ਵਾਲੀ ਬੋਲਦਾ ਪਰ ਸਿਧਾਂਤ ਨਹੀਂ ਬਦਲਦਾ। ਸਿਧਾਂਤ ਉੱਥੇ ਵੀ ਬਾਬਾ ਗੱਲ ਇੱਕ ਓਂਕਾਰ ਦੀ ਕਰਦਾ, ਉਹਨਾਂ ਜੋਗੀਆਂ ਨੂੰ ਵੀ ਬਾਬਾ ਇਹੀ ਕਹਿੰਦਾ ਵੀ ਨਮਸਕਾਰ ਉਸ ਇੱਕ ਵਾਹਿਗੁਰੂ ਪਰਮੇਸ਼ਰ ਦੇ ਅੱਗੇ ਕਰੋ ਜਿਹੜਾ ਮੁੱਢ ਤੋਂ ਹੈ, ਆਦ ਅਨੀਲ ਜਿਹੜਾ ਕਿਸੇ ਕਲੰਕ ਤੋਂ ਰਹਿਤ ਹੈ, ਅਨਾਦ ਮੁੱਢ ਤੋਂ ਪਹਿਲਾਂ ਦਾ ਹੈ, ਅਨਾਹਤ ਜਿਹਨੂੰ ਨਾਸ਼ ਨਹੀਂ ਕੀਤਾ ਜਾ ਸਕੀਦਾ, ਨਮਸਕਾਰ ਉਹਦੇ ਜੋਗੀ ਉਹਦੇ ਅੱਗੇ ਕਰੋ ਨਮਸਕਾਰ।
ਤੋ ਇੱਥੇ ਵੀ ਜਿਹੜਾ ਬਚਨ ਹੈ ਨਾ ਆਪਸ ਕਹੋ, ਆਪਣੇ ਆਪ ਨੂੰ ਆਪੇ ਆਦੇਸ਼, ਉਹ ਵਾਹਿਗੁਰੂ ਆਪਣੇ ਆਪ ਨੂੰ ਆਪ ਹੀ ਨਮਸਕਾਰ ਕਰਦਾ। ਉਸ ਵਾਹਿਗੁਰੂ ਪਰਮੇਸ਼ਰ ਨੂੰ ਕਿਸੇ ਅੱਗੇ ਨਮਸਕਾਰ ਕਰਨ ਦੀ ਲੋੜ ਨਹੀਂ ਹੈ। ਨੁਕਤਾ ਸਮਝੋ, ਸਾਰੀ ਦੁਨੀਆ ਉਸ ਵਾਹਿਗੁਰੂ ਪਰਮੇਸ਼ਰ ਨੂੰ ਨਮਸਕਾਰ ਕਰਦੀ ਹੈ, ਅਤੇ ਪੁੱਛੀਏ ਫਿਰ ਪਰਮੇਸ਼ਰ ਵੀ ਨਮਸਕਾਰ ਕਿਸੇ ਨੂੰ ਕਰਦਾ ਹੀ ਹੋਵੇਗਾ ਨਾ? ਕਹਿਣ ਲੱਗੇ ਨਹੀਂ, ਉਹਦਾ ਨਮਸਕਾਰ ਆਪਣੇ ਆਪ ਨੂੰ ਹੀ ਹੁੰਦਾ ਹੈ, ਕਿਉਂਕਿ ਉਸ ਤੋਂ ਵੱਡਾ ਹੈ ਹੀ ਨਹੀਂ ਹੈ ਕੋਈ। ਆਪਸ ਕਹੋ ਆਪੇ ਆਦੇਸ਼, ਤੇਹ ਗੁਣ ਕਾ ਨਾਹੀ ਪ੍ਰਵੇਸ਼। ਉਸ ਪਰਮਾਤਮਾ ਦੇ ਅੰਦਰ ਮਾਇਆ ਦੇ ਤਿੰਨੇ ਗੁਣਾਂ ਦਾ ਕੋਈ ਦਖਲ ਨਹੀਂ ਹੈ। ਪ੍ਰਵੇਸ਼ ਹੁੰਦਾ ਅੰਦਰ, ਪ੍ਰਵੇਸ਼ ਕਰ ਜਾਣਾ, ਉਹਦੇ ਅੰਦਰ ਮਾਇਆ ਦੇ ਤਿੰਨਾਂ ਗੁਣਾਂ 'ਚ ਕੋਈ ਗੁਣ ਵੀ ਅੰਦਰ ਨਹੀਂ ਪ੍ਰਵੇਸ਼ ਕਰਦਾ, ਉਹ ਐਸਾ ਹੈ। ਇਹਦਾ ਅਰਥ ਸਾਨੂੰ ਕੀ ਮਿਲਦਾ ਹੈ? ਜਿੱਥੇ ਭਾਈ ਅੱਜ ਵੀ ਕੇਵਲ ਇੱਕ ਵਾਹਿਗੁਰੂ ਪਰਮੇਸ਼ਰ ਨੂੰ ਨਮਸਕਾਰ ਹੋਵੇਗੀ ਨਾ, ਉੱਥੇ ਉਸ ਹਿਰਦੇ ਦੇ ਵਿੱਚ ਕਦੇ ਵੀ ਮਾਇਆ ਦੇ ਤਿੰਨਾਂ ਗੁਣਾਂ ਦਾ ਪ੍ਰਵੇਸ਼ ਨਹੀਂ ਹੋਏਗਾ। ਸਾਨੂੰ ਇਹ ਸਿੱਖਿਆ, ਜਿਵੇਂ ਆਪਾਂ ਇੱਕ ਮਤਲਬ ਨਾ ਇਤਿਹਾਸ ਵਿੱਚੋਂ ਅਸੀਂ ਸਿੱਖਿਆ ਲੈਂਦੇ ਹਾਂ, ਹੁਣ ਗੱਲ ਤਾਂ ਇਹ ਬੀਤੇ ਸਮੇਂ ਦੀ ਹੋ ਰਹੀ ਹੈ ਜਦੋਂ ਪਰਮਾਤਮਾ ਨਹੀਂ ਸੀ, ਇਹ ਵੀ ਇਤਿਹਾਸ ਹੀ ਹੈ ਇੱਕ, ਪਰ ਸਿੱਖਿਆ ਸਾਨੂੰ ਦਿੱਤੀ ਜਾ ਰਹੀ ਹੈ, ਸਿੱਖਾਂ ਸਮਝ। ਜਿੱਥੇ ਨਮਸਕਾਰ ਕੇਵਲ ਇੱਕ ਵਾਹਿਗੁਰੂ ਪਰਮੇਸ਼ਰ ਨੂੰ ਹੋਵੇਗੀ ਨਾ, ਜਿਸ ਹਿਰਦੇ ਦੇ ਵਿੱਚ, ਉਸ ਹਿਰਦੇ ਵਿੱਚ ਤਿਹ ਗੁਣ ਕਾ ਨਾਹੀਂ ਪ੍ਰਵੇਸ਼, ਮਾਇਆ ਦੇ ਤਿੰਨਾਂ ਗੁਣਾਂ ਵਿੱਚੋਂ ਕੋਈ ਗੁਣ ਪ੍ਰਵੇਸ਼ ਨਹੀਂ ਕਰਦਾ। ਜਦੋਂ ਤੂੰ ਇੱਕ ਪਰਮਾਤਮਾ ਨੂੰ ਭੁੱਲ ਕੇ ਕਿਸੇ ਹੋਰ ਨੂੰ ਨਮਸਕਾਰ ਕਰੇਗਾ ਨਾ, ਫਿਰ ਮਾਇਆ ਦਾ ਪ੍ਰਭਾਵ ਪਏਗਾ ਤੇਰੇ 'ਤੇ। ਫਿਰ ਤੂੰ ਰਜੋ ਗੁਣੋ ਵੀ ਬਣ ਸਕਦਾ, ਤੂੰ ਤਮੋ ਗੁਣੇ ਵੀ ਹੋ ਸਕਦਾ, ਤੂੰ ਸਤੋ ਗੁਣੇ ਵੀ ਹੋ ਸਕਦਾ, ਤੇਰੇ ਅੰਦਰ ਵਕਾਰ ਪ੍ਰਵੇਸ਼ ਨਹੀਂ ਕਰਨਗੇ, ਕਿਉਂਕਿ ਜਿਹੜੇ ਵਕਾਰ ਨੇ, ਪਾਪ ਨੇ, ਬੁਰਾਈਆਂ ਨੇ, ਇਹ ਤਿੰਨਾਂ ਗੁਣਾਂ ਦੇ ਵਿੱਚ ਨੇ ਗੁਰਮੁਖੋ। ਇਹਦੇ ਵਿੱਚੋਂ ਬਹੁਤੀਆਂ ਬੁਰਾਈਆਂ ਤਾਂ ਰਜੋ ਗੁਣੀ ਵਿੱਚ ਹੁੰਦੀਆਂ ਨੇ, ਜਿਹੜੇ ਸਭ ਤੋਂ ਵੱਧ ਵਕਾਰ ਨੇ ਨਾ, ਸਭ ਤੋਂ ਵੱਧ ਬੁਰਾਈਆਂ ਨੇ, ਉਹ ਰਜੋ ਗੁਣੀ ਮਨੁੱਖ 'ਚ ਹੁੰਦੀਆਂ ਨੇ। ਜਿੰਨਾ ਛਲ, ਕਪਟ, ਕੁਚਲ, ਕਠੋਰ, ਕਾਮੀ, ਵਾਸ਼ਨਾ, ਇਹ ਸਾਰੀ ਹੈ, ਇਹ ਸਾਰੀ ਰਜੋ ਗੁਣੀ 'ਚ ਹੁੰਦੀ ਹੈ। ਰਜੋ ਗੁਣੀ ਦਾ ਅਰਥ ਹੈ ਰਾਜਸੀ ਗੁਣ। ਰਾਜਸੀ ਗੁਣ ਕੀ ਹੁੰਦਾ? ਵੀ ਝੂਠ ਬੋਲਣਾ, ਰਾਜਿਆਂ ਵਾਲਾ ਗੁਣ ਕਿਹੜਾ ਹੁੰਦਾ? ਵੀ ਝੂਠ ਬੋਲਣਾ ਪਵੇ, ਪਾਪ ਕਰਨਾ ਪਵੇ, ਆਪਣੇ ਨੂੰ ਨੀਵਾਂ ਦਿਖਾਉਣਾ ਪਵੇ, ਕਿਸੇ ਨੂੰ ਮਾਰਨਾ ਪਵੇ, ਬਸ ਆਪਾਂ ਨੂੰ ਕੇਵਲ ਆਪਣਾ ਮਕਸਦ ਜਿਹੜਾ ਪੂਰਾ ਕਰਨਾ ਹੈ। ਜਦੋਂ ਬੰਦਾ ਇਸ ਭਾਵਨਾ ਵਿੱਚ ਜਿਉਂਦਾ ਵੀ ਮੈਨੂੰ ਕਿਸੇ ਨਾਲ ਕੀ ਹੈ, ਜਦੋਂ ਅਸੀਂ ਇਸ ਜ਼ਿੰਦਗੀ ਜਿਉਂਦੇ ਹਾਂ ਨਾ, ਵੀ ਮੈਨੂੰ ਕਿਸੇ ਨਾਲ ਕੀ ਹੈ, ਮੈਂ ਕੇਵਲ ਆਪਣੀ ਗੱਲ ਪੂਰੀ ਕਰਨੀ ਹੈ, ਇਹਦਾ ਅਰਥ ਹੁੰਦਾ ਇਹ ਰਜੋ ਗੁਣੀ ਹੈ। ਔਰ ਇਹ ਰਜੋ ਗੁਣੀ ਦੇ ਵਿੱਚੋਂ ਹੀ ਫਿਰ ਗੁਰਮੁਖੋ ਵਾਸ਼ਨਾਵਾਂ, ਬੁਰਾਈਆਂ, ਵਕਾਰ ਪੈਦਾ ਹੁੰਦੇ ਹੈ ਸਾਡੇ ਅੰਦਰ। ਇਹ ਗੁਣਾਂ ਦਾ ਪ੍ਰਵੇਸ਼ ਹੁੰਦਾ, ਇਹ ਗੁਣ ਸਾਡੇ ਅੰਦਰ ਦਖਲ ਹੁੰਦੇ ਨੇ, ਸਾਡੀ ਜ਼ਿੰਦਗੀ ਦੇ ਵਿੱਚ ਪ੍ਰਵੇਸ਼ ਕਰਦੇ ਨੇ। ਤਾਂ ਹੀ ਤਾਂ ਗੁਰੂ ਬਾਬੇ ਨੇ ਕਿਹਾ ਨਾ, ਪਾਤਸ਼ਾਹ ਕਹਿੰਦੇ ਨਾਨਕ ਔਗਣ ਜੇਤੜੇ ਤੇਤੇ ਗਲੀ, ਗਲੀ ਨਹੀਂ ਪੜ੍ਹਨਾ, ਗਲੀ, ਗਲਾਂ ਦੇ ਵਿੱਚ ਜੰਜੀਰ। ਔਗਣ ਕੀ? ਬੁਰਾਈਆਂ। ਜਿੰਨੀਆਂ ਤੂੰ ਬੁਰਾਈਆਂ ਲੈ ਕੇ ਬੈਠਾ,
ਇਹ ਬੁਰਾਈਆਂ ਚੇਤਾ ਰੱਖੀ, ਤੇਰੇ ਹੀ ਆਤਮਾ ਉੱਤੇ ਪਈਆਂ ਹੋਈਆਂ ਜੰਜੀਰਾਂ ਨੇ। ਤੇਤੇ ਗਲੀ ਜੰਜੀਰ, ਇਹ ਸਾਰੀਆਂ ਜੰਜੀਰਾਂ ਨੇ ਤੇਰੀ ਆਤਮਾ ਉੱਤੇ ਪਾਈਆਂ ਹੋਈਆਂ। ਇਹਦਾ ਅਰਥ ਕੀ ਬਣਿਆ? ਤੂੰ ਜੰਜੀਰਾਂ ਨਾਲ ਬੰਨਿਆ ਹੋਇਆ, ਤੂੰ ਗੁਲਾਮ ਹੈ, ਤੂੰ ਇਹਨਾਂ ਔਗਣਾਂ ਦਾ ਗੁਲਾਮ ਹੈ, ਤੂੰ ਇਹਨਾਂ ਪਾਪਾਂ ਦਾ ਗੁਲਾਮ ਹੈ, ਤੂੰ ਕਾਮ ਕੁਰਦ ਲੋਭ ਮੋਹ ਹੰਕਾਰ ਦਾ ਗੁਲਾਮ ਹੈ, ਇਹ ਜੰਜੀਰਾਂ ਨੇ ਤੇਰੇ ਉੱਤੇ। ਪੁੱਛ ਕੱਟੀਆਂ ਕਿਵੇਂ ਜਾਣਗੀਆਂ? ਜੇ ਗੁਣ ਹੋਣ ਤਾਂ ਕੱਟੀਆਂ ਨਾ, ਰੱਬ ਦੇ ਦਿੱਤੇ ਗੁਣਾਂ ਨਾਲ ਕੱਟੀਆਂ ਜਾ ਸਕਦੀਆਂ। ਅਰਥ ਕੀ ਬਣਿਆ? ਜੇ ਤੇਰੇ ਕੋਲ ਰੱਬੀ ਗੁਣ ਨਹੀਂ ਹੈ, ਤੇਰੇ ਕੋਲ ਨੇਕੀਆਂ ਨਹੀਂ ਹੈ, ਤੇਰੇ ਕੋਲ ਪੁੰਨ ਨਹੀਂ ਹੈ, ਤਾਂ ਇਹਨਾਂ ਜੰਜੀਰਾਂ ਨੂੰ ਨਹੀਂ ਕੱਟਿਆ ਜਾ ਸਕਦਾ, ਕਿਉਂਕਿ ਜੇ ਗੁਣ ਹੋਣ ਤਾਂ ਕੱਟੀਆਂ। ਸੇ ਭਾਈ ਸੇ ਵੀਰ, ਸਾਡੇ ਤਾਂ ਉਹੀ ਭਰਾ ਨੇ, ਸਾਡੇ ਤਾਂ ਉਹੀ ਵੀਰ ਨੇ, ਸਾਡੇ ਤਾਂ ਉਹੀ ਆਪਣੇ ਨੇ ਜਿਹੜੇ ਸਾਡੇ ਔਗਣਾਂ ਨੂੰ ਕੱਟ ਦੇਣ। ਇਹ ਬਹੁਤ ਵੱਡੀ ਸਿੱਖਿਆ ਸੀ ਗੁਰਮੁਖੋ। ਮੈਂ ਇੱਕ ਦਿਨ ਪਹਿਲਾਂ ਹੀ ਬੇਨਤੀ ਕੀਤੀ, ਜਿਹੜਾ ਸਾਡੇ ਝੂਠ ਨੂੰ ਵੀ ਸੱਚ ਕਹਿੰਦਾ ਨਾ, ਜਿਹੜਾ ਸਾਡੇ ਗਲਤ ਕੰਮ ਨੂੰ ਵੀ ਚੰਗਾ ਕਹਿ ਕੇ ਵਡਿਆਉਂਦਾ, ਸਮਝ ਲਓ ਉਹ ਦੁਸ਼ਮਣ ਹੈ ਉਹ ਸਾਡਾ। ਅਸੀਂ ਖੁਸ਼ ਹੋ ਜਾਂਦੇ ਹਾਂ ਇੱਦਾਂ, ਮੈਂ ਗਲਤ ਕੰਮ ਕਰਦਾ, ਮੈਨੂੰ ਕਹੇ ਕੋਈ, ਤੁਸੀਂ ਤਾਂ ਭਾਈ ਸਾਹਿਬ ਗੁਰਮੁਖੀ ਬਹੁਤ ਹੋ, ਦੁਸ਼ਮਣ ਹੋਏਗਾ ਉਹ। ਭੈਣ ਭਰਾ ਉਹ ਹੁੰਦਾ ਜਿਹੜਾ ਕਹਿੰਦਾ ਨਹੀਂ, ਆ ਤੇਰੇ ਅੰਦਰ ਲੱਗੀ ਮੈਲ ਨੂੰ ਸਾਫ਼ ਕਰ ਲੈ, ਭੈਣ ਭਰਾ ਤਾਂ ਉਹੀ ਹੁੰਦਾ। ਇਹ ਨੁਕਤਾ ਬੜਾ ਧਿਆਨ ਨਾਲ ਸਮਝਣ ਵਾਲਾ ਹੈ। ਕਈ ਵਾਰ ਅਸੀਂ ਕਹਿ ਦਿੰਦੇ ਕੌੜਾ ਬਹੁਤ ਹੈ ਬੰਦਾ, ਦਵਾਈਆਂ ਮਿੱਠੀਆਂ ਨਹੀਂ ਹੁੰਦੀਆਂ ਗੁਰਮੁਖੋ, ਟੋਫੀਆਂ ਮਿੱਠੀਆਂ ਹੁੰਦੀਆਂ। ਦਵਾਈਆਂ ਕਦੇ ਮਿੱਠੀਆਂ ਨਹੀਂ ਹੁੰਦੀਆਂ, ਗੁਰੂ ਦਾ ਗਿਆਨ ਵੀ ਕਈ ਵਾਰ ਲੱਗਦਾ ਬੰਦੇ ਨੂੰ ਕੌੜੀ ਗੱਲ ਹੈ, ਕੌੜੀ ਹੈ। ਚੇਤਾ ਰੱਖੋ, ਨਿੰਮ ਦੇ ਕੱਤੇ ਪੱਤੇ ਕੌੜੀ ਹੁੰਦੇ ਆ, ਪਰ ਸਭ ਤੋਂ ਵੱਧ ਗੁਣਕਾਰੀ ਹੁੰਦੇ ਆ। ਅੱਜ ਡਾਕਟਰ ਵੀ ਕਹਿੰਦੇ ਨੇ ਮਿੱਠਾ ਦੁਸ਼ਮਣ ਹੈ ਬੰਦੇ ਦਾ, ਅਤੇ ਮਿੱਠੀਆਂ ਗੱਲਾਂ ਵੀ ਦੁਸ਼ਮਣ ਹੈ, ਸਮਝ ਲਓ ਫਿਰ। ਇਕੱਲਾ ਮਿੱਠਾ ਕਿਉਂ ਦੁਸ਼ਮਣ ਹੈ? ਕੰਨਾਂ 'ਚ ਪੈਂਦੀਆਂ ਮਿੱਠੀਆਂ ਗੱਲਾਂ ਉਹ ਵੀ ਦੁਸ਼ਮਣ ਹੈ ਸਾਡੀਆਂ। ਇਸ ਕਰਕੇ ਇਹ ਜਿਹੜੇ ਔਗਣ ਨੇ ਕਦੋਂ ਪ੍ਰਵੇਸ਼ ਕਰਦੇ ਨੇ ਸਾਡੇ ਅੰਦਰ? ਪਾਤਸ਼ਾਹ ਕਹਿੰਦੇ ਜਦੋਂ ਤੂੰ ਇੱਕ ਪਰਮਾਤਮਾ ਨੂੰ ਛੱਡ ਕੇ ਕਿਸੇ ਨਮਸਕਾਰ ਦੂਜੇ ਨੂੰ ਨਮਸਕਾਰ ਕਰਦਾ, ਮਾਇਆ ਨੂੰ ਨਮਸਕਾਰ ਕਰਦਾ, ਸ਼ੋਭਾ ਨੂੰ ਨਮਸਕਾਰ ਕਰਦਾ, ਦੁਨਿਆਵੀ ਕਿਸੇ ਅਹੁਦੇ ਨੂੰ, ਫਿਰ ਇਹ ਗੁਣ ਤੇਰੇ ਅੰਦਰ ਪ੍ਰਵੇਸ਼ ਕਰਦੇ ਨੇ, ਬੁਰਾਈਆਂ ਤੇਰੇ ਅੰਦਰ ਦਖਲ ਦਿੰਦੀਆਂ ਨੇ ਤੇਰੀ ਜ਼ਿੰਦਗੀ 'ਚ। ਜਿੱਥੇ ਕੇਵਲ ਇੱਕ ਪਰਮਾਤਮਾ ਹੋਵੇਗਾ ਉੱਥੇ ਇਹ ਬੁਰਾਈਆਂ ਪ੍ਰਵੇਸ਼ ਨਹੀਂ, ਇੰਟਰ ਨਹੀਂ ਕਰ ਸਕਦੀਆਂ। ਆਪਸ ਕਹੋ ਆਪੇ ਆਦੇਸ਼ ਤਹ ਗੁਣ ਕਾ ਨਹੀਂ ਪ੍ਰਵੇਸ਼, ਉੱਥੇ ਫਿਰ ਇਹ ਮਾਇਆ ਦੇ ਤਿੰਨ ਗੁਣਾਂ ਦਾ, ਸੰਸਾਰ ਦੀਆਂ ਬੁਰਾਈਆਂ ਦਾ ਦਾਖਲਾ ਨਹੀਂ ਹੁੰਦਾ ਹੈ। ਜਹਾਂ ਏਕ 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 ਭਗਵੰਤਾ, ਜਦੋਂ ਕੇਵਲ ਉਹ ਇੱਕ ਵਾਹਿਗੁਰੂ ਪਰਮੇਸ਼ਰ ਆਪ ਹੀ ਸੀ, ਤਾਂ ਕੌਣ ਅਚਿੰਤ ਕਿਸ ਲਾਗੈ ਚਿੰਤਾ। ਉਦੋਂ ਕੌਣ ਚਿੰਤਾ ਦੇ ਵਿੱਚ ਸੀ ਅਤੇ ਕੌਣ ਚਿੰਤਾ ਤੋਂ ਰਹਿਤ ਸੀ? ਕਿਉਂਕਿ ਕੋਈ ਦੂਜਾ ਹੋਵੇਗਾ ਅਤੇ ਚਿੰਤਾ ਵਾਲਾ ਹੋਵੇਗਾ ਜਾਂ ਚਿੰਤਾ ਤੋਂ ਰਹਿਤ ਹੋਵੇਗਾ, ਸੀ ਤਾਂ ਕੇਵਲ ਇੱਕ ਪਰਮਾਤਮਾ। ਉਦੋਂ ਚਿੰਤਾ ਅਤੇ ਅਚਿੰਤਾ ਨਹੀਂ ਸੀ ਬਣੀ। ਅਤੇ ਅੱਜ ਭਾਈ ਜਿੱਥੇ ਅੱਜ ਜਿਸ ਹਿਰਦੇ ਵਿੱਚ ਕੇਵਲ ਅੱਜ ਵੀ ਇੱਕ ਪਰਮਾਤਮਾ ਹੀ ਹੋਏਗਾ, ਉੱਥ ਉਹ ਇਨਸਾਨ ਚਿੰਤ ਅਤੇ ਅਚਿੰਤਾ ਤੋਂ ਉੱਪਰ ਹੋਵੇਗਾ।
ਕਿਉਂਕਿ ਜਦੋਂ ਕੇਵਲ ਇੱਕ ਪਰਮਾਤਮਾ ਸੀ ਉਦੋਂ ਚਿੰਤਾ ਅਤੇ ਅਚਿੰਤਾ ਨਹੀਂ ਸੀ। ਜੇ ਅੱਜ ਵੀ ਹਿਰਦੇ ਦੇ ਵਿੱਚ ਕੇਵਲ ਇੱਕ ਪਰਮਾਤਮਾ ਹੋਵੇਗਾ, ਪਾਤਸ਼ਾਹ ਕਹਿੰਦੇ ਅੱਜ ਵੀ ਤੂੰ ਚਿੰਤਾ ਅਤੇ ਅਚਿੰਤਾ ਤੋਂ ਉੱਪਰ ਹੋ ਜਾਏਗਾ। ਜਿੱਥੇ ਮਾਇਆ ਹੁੰਦੀ ਹੈ ਚਿੰਤ ਅਚਿੰਤਤਾ ਉੱਥੇ ਹੁੰਦਾ ਹੈ, ਜਿੱਥੇ ਕੋਈ ਦੂਜਾ ਹੋਵੇ ਚਿੰਤਾ ਅਚਿੰਤਾ ਉੱਥੇ ਹੁੰਦੀ ਹੈ, ਜਿੱਥੇ ਕੇਵਲ ਇੱਕ ਪਰਮਾਤਮਾ ਉੱਥੇ ਚਿੰਤਾ ਅਚਿੰਤਾ ਹੀ ਨਹੀਂ ਹੈ। ਅਤੇ ਜੇ ਤੇਰੇ ਹਿਰਦੇ ਵਿੱਚ ਅੱਜ ਵੀ ਕੇਵਲ ਇੱਕ ਪਰਮਾਤਮਾ ਹੋਵੇਗਾ, ਅੱਜ ਵੀ ਚਿੰਤਾ ਅਤੇ ਅਚਿੰਤਾ ਨਹੀਂ ਹੋਵੇਗੀ। ਜਹ ਆਪਣ ਆਪ ਆਪ ਪਤੀਆਰਾ, ਪਤੀਆਰਾ ਸ਼ਬਦ ਦਾ ਜਿਹੜਾ ਅਰਥ ਹੈ, ਪਤੀਆਰਾ ਹੁੰਦਾ ਪੇਪਰ ਲੈਣਾ। ਜੇ ਆਪਾਂ ਸੌਖਾ ਜਿਹਾ ਅਰਥ ਕਰ ਲਈਏ ਪਤੀਆਰਾ ਦਾ, ਬਿਲਕੁਲ ਸੌਖਾ ਜਿਹਾ ਅਰਥ, ਪਤੀਆਰਾ ਦਾ ਅਰਥ ਹੁੰਦਾ ਪੇਪਰ ਲੈਣਾ, ਕੋਈ ਪ੍ਰੀਖਿਆ ਲੈਣੀ। ਜਿਵੇਂ ਇੱਕ ਇੱਕ ਬਚਨ ਆਉਂਦਾ, ਚਲੋ ਸੌਖਾ ਸਮਝ ਲਓ, ਭਗਤ ਰਵਿਦਾਸ ਸਾਹਿਬ ਦਾ ਗੁਰਮੁਖੋ ਇੱਕ ਬਚਨ ਆਉਂਦਾ, ਹਮ ਸਰ ਦੀਨ ਦਿਆਲ ਨਾ ਤੁਮ ਸਰ ਅਬ ਪਤੀਆਰ ਕਿਆ ਕੀਜੈ। ਉੱਥੇ ਪਤੀਆਰ ਸ਼ਬਦ ਆਉਂਦਾ, ਇੱਥੇ ਪਤੀਆਰਾ ਆਇਆ। ਹੇ ਪ੍ਰਭੂ, ਹਮ ਸਰ ਦੀਨ, ਸਾਡੇ ਵਰਗਾ ਕੋਈ ਦੀਨ ਨਹੀਂ ਹੈ, ਦਿਆਲ ਨਾ ਤੁਮ ਸਰ ਅਤੇ ਤੇਰੇ ਵਰਗਾ ਕੋਈ ਦਿਆਲੂ ਨਹੀਂ ਹੈ, ਅਬ ਪਤੀਆਰ ਕਿਆ ਕੀਜੈ। ਫਿਰ ਹੁਣ ਪ੍ਰੀਖਿਆ ਕਿਉਂ ਲੈਣੀ ਹੈ, ਤੂੰ ਕਿਰਪਾ ਕਰ ਸਾਡੇ 'ਤੇ, ਅਸੀਂ ਤਾਂ ਮੰਨੀ ਬੈਠੇ ਹਾਂ। ਇਹ ਤੇਰੇ ਵਰਗਾ ਦਿਆਲੂ ਕੋਈ ਨਹੀਂ ਹੈ, ਸਾਡੇ ਵਰਗਾ ਦੀਨ ਕੋਈ ਨਹੀਂ ਹੈ, ਅਬ ਪਤੀਆਰ ਕਿਆ ਕੀਜੈ। ਹੁਣ ਤੂੰ ਫਿਰ ਕੀ ਲੈਣਾ ਸਾਡੀ ਪ੍ਰੀਖਿਆ ਲੈ ਕੇ, ਕੀ ਲੈਣਾ ਸਾਨੂੰ ਚੈੱਕ ਕਰਕੇ, ਹੁਣ ਤਾਂ ਤੂੰ ਸਾਡੇ ਦੇ ਉੱਤੇ ਕਿਰਪਾ ਹੀ ਕਰ। ਪਤੀਆਰ ਦਾ ਕੀ ਅਰਥ ਹੁੰਦਾ, ਪ੍ਰੀਖਿਆ ਲੈਣੀ, ਇੱਦਾਂ ਪੇਪਰ ਲੈਣਾ। ਤੋ ਪਾਤਸ਼ਾਹ ਕਹਿੰਦੇ ਨੇ ਜਹ ਆਪਣ ਆਪ ਆਪ ਪਤੀਆਰ, ਜਿੱਥੇ ਉਹ ਕੇਵਲ ਵਾਹਿਗੁਰੂ ਪਰਮੇਸ਼ਰ ਆਪ ਹੀ ਸੀ ਅਤੇ ਆਪਣੀ ਪ੍ਰੀਖਿਆ ਆਪ ਹੀ ਲੈਣ ਵਾਲਾ ਸੀ, ਕੋਈ ਦੂਜਾ ਤਾਂ ਹੈ ਹੀ ਨਹੀਂ ਸੀ, ਤਾਂ ਕੌਣ ਕਥੈ ਕੌਣ ਸੁਣਨੈ ਹਾਰ, ਉੱਥੇ ਕੌਣ ਬੋਲਦਾ ਹੋਵੇਗਾ ਅਤੇ ਕੌਣ ਸੁਣਨ ਵਾਲਾ ਹੋਵੇਗਾ, ਹੈ ਤਾਂ ਕੇਵਲ ਉਹ ਆਪ ਹੀ ਹੈ। ਇੱਕ ਬੋਲ ਰਿਹਾ, ਦੂਜਾ ਸੁਣ ਰਿਹਾ। ਪਾਤਸ਼ਾਹ ਕਹਿੰਦੇ ਇਹ ਉਦੋਂ ਹੈ ਜਦੋਂ ਇਹ ਮਾਇਆ ਬਣੀ, ਜਦੋਂ ਕੋਈ ਦੂਜੇ ਦੀ ਹੋਂਦ ਕਾਇਮ ਹੋਈ, ਉਦੋਂ ਫਿਰ ਕਹਿਣ ਵਾਲੇ ਵੀ ਬਣ ਗਏ, ਸੁਣਨ ਵਾਲੇ ਵੀ ਬਣ ਗਏ। ਜਦੋਂ ਕੇਵਲ ਸੀ ਇੱਕ ਪਰਮਾਤਮਾ, ਉਦੋਂ ਕੋਈ ਕਹਿਣ ਵਾਲਾ ਵੀ ਨਹੀਂ ਸੀ, ਕਿਉਂਕਿ ਕਹਿਆ ਤਾਂ ਜਾਂਦਾ ਜੇ ਸੁਣਨ ਵਾਲਾ ਕੋਈ ਦੂਜਾ ਹੋਵੇ, ਦੂਜਾ ਤਾਂ ਹੈ ਹੀ ਨਹੀਂ, ਫਿਰ ਵਾਹਿਗੁਰੂ ਨੇ ਕਹਿਣਾ ਵੀ ਕਿਸ ਨੂੰ ਸੀ। ਕੌਣ ਕਥੈ ਤਾਂ ਕੌਣ ਕਥੈ ਕੌਣ ਸੁਣਨੇ ਹਾਰ, ਬਹੁ ਬੇਅੰਤ, ਉਹ ਬੜਾ ਬੇਅੰਤ ਹੈ, ਊਚ ਤੇ ਊਚਾ, ਉੱਚਿਆਂ ਤੋਂ ਵੀ ਉੱਚਾ ਹੈ, ਉੱਚੇ ਬਹੁਤ ਨੇ ਸੰਸਾਰ ਵਿੱਚ, ਉੱਚੇ ਬਹੁਤ ਨੇ, ਪੀਰ ਪੈਗੰਬਰ ਸੰਤ ਭਗਤ ਸਾਰੇ ਗੁਰਮੁਖ ਉੱਚੇ ਹੀ ਨੇ। ਉਹ ਪਰਮੇਸ਼ਰ ਕੇਵਲ ਨੀਵਿਆਂ ਤੋਂ ਉੱਚਾ ਨਹੀਂ ਹੈ, ਨੁਕਤਾ ਬੜੇ ਧਿਆਨ ਨਾਲ ਸਮਝੋ, ਉਹ ਵਾਹਿਗੁਰੂ ਨੀਵਿਆਂ ਤੋਂ ਉੱਚਾ ਨਹੀਂ ਹੈ, ਨੀਵਿਆਂ ਤੋਂ ਉੱਚੇ ਸੰਸਾਰ ਵਿੱਚ ਬਹੁਤ ਮਿਲ ਜਾਂਦੇ ਨੇ। ਉਹ ਪਰਮੇਸ਼ਰ ਜਿਹੜੇ ਸੰਸਾਰ ਵਿੱਚ ਨੀਵਿਆਂ ਤੋਂ ਉੱਚੇ ਹੋ ਗਏ ਨੇ, ਉਹਨਾਂ ਉੱਚਿਆਂ ਤੋਂ ਵੀ ਉੱਚਾ ਹੈ, ਜਿਹਨੂੰ ਕਿਹਾ ਸਭ ਤੋਂ ਉੱਚਾ, ਸਭ ਤੋਂ ਉੱਚਾ ਹੈ, ਉਹ ਉੱਚਿਆਂ ਤੋਂ ਵੀ ਉੱਚਾ ਹੈ, ਉਹਦੇ ਜਿੰਨਾ ਕੋਈ ਉੱਚਾ ਨਹੀਂ। ਅਤ ਉੱਚਾ ਤਾਕਾ, ਬੋਲਣਾ ਅਤ ਉੱਚਾ ਤਾਕਾ, ਉਹਦਾ ਦਰਬਾਰ ਅਤ ਉੱਚਾ ਹੈ, ਬਹੁਤ ਉੱਚਾ ਹੈ।
ਦਰਬਾਰਾ ਕੀ ਹੁੰਦਾ? ਟਿਕਾਣਾ। ਟਿਕਾਣਾ ਉੱਚਾ ਕਿਉਂ ਕਿਹਾ? ਅਰਥ ਬਣਦਾ ਭਾਈ, ਜੇ ਉਹਦੇ ਟਿਕਾਣੇ ਤੱਕ ਪਹੁੰਚਣਾ ਹੋਵੇ ਫਿਰ ਆਪ ਵੀ ਉੱਚਾ ਹੋਣਾ ਪੈਂਦਾ ਹੈ। ਉਹਦਾ ਦਰਬਾਰ ਉੱਚਾ ਹੈ। ਕਿਉਂ ਉੱਚਾ ਹੈ? ਆਪਾਂ ਕਹਿੰਦੇ ਨਾ ਵੀ ਇਹ ਉੱਚਾ, ਆਪਾਂ ਉੱਥੇ ਜਾਣ 'ਤੇ ਆਪਾਂ ਨੂੰ ਉੱਥੇ ਉੱਚਾ ਹੀ ਹੋਣਾ ਪਵੇਗਾ। ਗੁਰਮੁਖੋ ਇੱਕ ਕੁਬਜਾ ਸੀ। ਸ਼੍ਰੀ ਕ੍ਰਿਸ਼ਨ ਜੀ ਕਿਸੇ ਨਗਰ ਦੇ ਵਿੱਚ ਗਏ, ਉਹ ਕੁੱਬ ਪਿਆ ਹੋਇਆ ਸੀ, ਇੱਦਾਂ ਕੁੱਬ ਪਿਆ ਹੋਇਆ ਕੁੱਬੀ ਸੀ ਉਹ ਇੱਦਾਂ, ਅਤੇ ਕ੍ਰਿਸ਼ਨ ਜੀ ਵਾਸਤੇ ਮਾਲਾ ਲੈ ਕੇ ਆਈ ਉਹ, ਗਲ 'ਚ ਹਾਰ ਪਾਵਾਂਗੀ। ਕਹਿਣ ਲੱਗੀ, ਹੇ ਕਨਈਆ ਤੂੰ ਨੀਵਾਂ ਹੋ, ਮੈਂ ਤੇਰੇ ਗਲ ਵਿੱਚ ਮਾਲਾ ਪਾਉਣੀ ਹੈ। ਕ੍ਰਿਸ਼ਨ ਜੀ ਹੱਸ ਪਏ, ਕਹਿਣ ਲੱਗੇ ਮੈਂ ਨੀਵਾਂ ਹੋਣ ਨਹੀਂ ਆਇਆ, ਮੈਂ ਮਾਈ ਮੈਂ ਨੀਵਾਂ ਹੋਣ ਵਾਸਤੇ ਨਹੀਂ ਆਇਆ। ਪੁੱਛਿਆ, ਪਰ ਮੈਂ ਮਾਲਾ ਕਿਵੇਂ ਪਾਵਾਂਗੀ? ਅਤੇ ਸ਼੍ਰੀ ਕ੍ਰਿਸ਼ਨ ਜੀ ਕਹਿਣ ਲੱਗੇ ਮੈਨੂੰ ਨੀਵਾਂ ਨਾ ਕਰ, ਤੂੰ ਆਪ ਉੱਚੀ ਹੋ। ਮੈਂ ਨੀਵਿਆਂ ਨੂੰ ਉੱਚਾ ਕਰਨ ਵਾਸਤੇ ਆਇਆ, ਮੈਨੂੰ ਨੀਵਾਂ ਹੋਣ ਨੂੰ ਨਾ ਕਹਿ, ਤੂੰ ਮੈਨੂੰ ਇਹ ਕਹਿ ਮੈਂ ਤੈਨੂੰ ਉੱਚਾ ਕਰ ਦੇਵਾਂ। ਕਹਿਣ ਲੱਗੇ, ਉਹ ਕਿਰਪਾ ਕੀਤੀ, ਉਹ ਹੱਥਾਂ ਦੀ ਛੋਹ ਲਾਈ, ਉਹਦਾ ਕੁੱਬ ਠੀਕ ਹੋਇਆ, ਉਹ ਉੱਚੀ ਹੋਈ, ਉਹਨੇ ਗਲ 'ਚ ਮਾਲਾ ਪਾਈ। ਬਸ ਇਹ ਤਰੀਕਾ ਹੈ ਇੱਕ। ਜਦੋਂ ਵੀ ਜਾਣਾ ਅਸੀਂ ਇੱਕ ਸਾਡੇ ਸਿੱਖਾਂ ਸਾਡੇ ਹੱਥ ਸਿੱਖਿਆ ਵੀ ਸੀ ਗੁਰਮੁਖੋ, ਇਹ ਸਾਡੇ ਸੰਸਾਰ ਉੱਤੇ ਇੱਕ ਬਹੁਤ ਵੱਡੀ ਸਿੱਖਿਆ ਸੀ ਭਾਈ, ਤੂੰ ਦੂਜਿਆਂ ਨੂੰ ਨੀਵਾਂ ਕਰਨ ਵਾਲੇ ਪਾਸੇ ਨਾ ਚੱਲ, ਤੂੰ ਆਪ ਉੱਚੇ ਹੋਣ ਵਾਲੇ ਪਾਸੇ ਚੱਲ। ਅਕਸਰ ਬੰਦਾ ਹੀ ਕਰਦਾ, ਮੈਂ ਨੀਵਾਂ ਤੂੰ ਮੇਰੇ ਪਾਸੇ ਖੜ੍ਹ ਜਾ, ਕੇ ਤੂੰ ਵੀ ਨੀਵਾਂ ਹੋ ਜਾ। ਨਹੀਂ ਭਾਈ, ਤੂੰ ਨੀਵੇਂ ਵਾਲੇ ਪਾਸੇ ਨਹੀਂ, ਤੂੰ ਆਪ ਉੱਚੇ ਹੋਣ ਵਾਲੇ ਪਾਸੇ ਚੱਲ। ਇਸ ਕਰਕੇ ਕਈ ਕਹਿੰਦੇ ਨਹੀਂ, ਇੱਦਾਂ ਚਾਰ ਸ਼ਰਾਬੀ ਬੈਠੇ ਹੋਣ ਨਾ, ਉਹ ਕਹਿੰਦੇ ਨੇ ਤੂੰ ਵੀ ਪੀ ਲਾ, ਇਹਦਾ ਅਰਥ ਤੈਨੂੰ ਇਹ ਕਹਿ ਰਹੇ ਨੇ ਵੀ ਤੂੰ ਵੀ ਨੀਵਾਂ ਹੋ ਜਾ। ਕੋਈ ਬੰਦਾ ਇਮਾਨਦਾਰ ਹੋਵੇ, ਕੀ ਰੱਖਿਆ ਇਮਾਨਦਾਰੀ ਵਿੱਚ, ਛੱਡ ਪਰੇ ਇਮਾਨਦਾਰੀ, ਸਾਡੇ ਵਾਂਗ ਝੂਠ ਬੋਲਿਆ ਕਰ, ਇਹਦਾ ਅਰਥ ਉਹ ਕਹਿ ਰਹੇ ਨੇ ਵੀ ਸਾਡੇ ਵਾਂਗ ਨੀਵਾਂ ਹੋ ਜਾ। ਉਹਨਾਂ ਨੂੰ ਕਹੋ, ਨਹੀਂ ਭਾਈ ਮੈਂ ਨੀਵਾਂ ਹੋਣ ਵਾਸਤੇ ਨਹੀਂ ਆਇਆ, ਮੈਂ ਨੀਵਾਂ ਹੋਣ ਵਾਸਤੇ ਨਹੀਂ ਹਾਂ, ਮੈਂ ਤਾਂ ਉੱਚਾ ਹੋਣ ਵਾਸਤੇ ਹਾਂ। ਤੁਸੀਂ ਉੱਚੇ ਹੋਵੋ, ਨੀਵਾਂ ਹੋਣਾ ਗੁਣ ਨਹੀਂ ਹੈ, ਉੱਚਾ ਹੋਣਾ ਗੁਣ ਹੈ। ਇਹ ਸਿੱਖਿਆ ਸੀ ਸਾਨੂੰ। ਤੋ ਬਹੁ ਬੇਅੰਤ ਊਚ ਤੇ ਉੱਚਾ, ਉਹ ਬਹੁਤ ਬੇਅੰਤ ਹੈ, ਉਹਦਾ ਕੋਈ ਅੰਤ ਨਹੀਂ ਹੈ। ਊਚ ਤੇ ਉੱਚਾ, ਉਹ ਉੱਚਾ ਨਹੀਂ ਹੈ, ਉਹ ਜਿਹੜੇ ਆਪਣੇ ਆਪ ਜਿਹੜੇ ਉੱਚੇ ਹੋ ਕੇ ਬੈਠੇ ਨੇ, ਉਹ ਉਹਨਾਂ ਉੱਚਿਆਂ ਤੋਂ ਵੀ ਉੱਚਾ ਹੈ। ਨਾਨਕ ਆਪਸ ਕਹੋ ਆਪਣੇ ਕੋਲ, ਆਪੈ ਪਹੁੰਚਾ। ਕਹਿਣ ਲੱਗੇ, ਉਹਦੇ ਕੋਲ ਕੋਈ ਦੂਜਾ ਨਹੀਂ ਪਹੁੰਚ ਸਕਦਾ, ਉਸ ਪਰਮਾਤਮਾ ਕੋਲ ਕੇਵਲ ਉਹ ਆਪ ਹੀ ਪਹੁੰਚਦਾ ਹੈ। ਅਰਥ ਕੀ ਬਣਿਆ? ਦੂਜਾ ਬਣ ਕੇ ਉਸ ਪਰਮਾਤਮਾ ਤੱਕ ਨਹੀਂ ਪਹੁੰਚਿਆ ਜਾ ਸਕੀਦਾ, ਇੱਕ ਬਣ ਕੇ ਹੀ ਉਸ ਇੱਕ ਪਰਮਾਤਮਾ ਕੋਲ ਪਹੁੰਚਿਆ ਜਾ ਸਕੀਦਾ। ਮਨ ਵਿੱਚ ਕੋਈ ਦੂਜਾ ਹੋਵੇ, ਉਸ ਪਰਮਾਤਮਾ ਕੋਲ ਨਹੀਂ ਪਹੁੰਚੀਦਾ। ਜਦੋਂ ਮਨ ਵਿੱਚ ਇੱਕ ਹੋ ਜਾਏ, ਫਿਰ ਹੀ ਉਸ ਪਰਮਾਤਮਾ ਕੋਲ ਪਹੁੰਚਿਆ ਜਾ ਸਕੀਦਾ। ਕਿਉਂ? ਕਿਉਂਕਿ ਆਪਸ ਕਉ ਆਪੈ ਪਹੁੰਚਾ, ਉਹ ਆਪਣੇ ਕੋਲ ਕੇਵਲ ਆਪ ਹੀ ਪਹੁੰਚ ਸਕਦਾ। ਜੇ ਤੂੰ ਉਸ ਪਰਮਾਤਮਾ ਦਾ ਰੂਪ ਹੋਵੇਂਗਾ, ਤਾਂ ਹੀ ਉਸ ਪਰਮਾਤਮਾ ਦੇ ਕੋਲ ਪਹੁੰਚ ਸਕਦਾ ਹੈ। ਪਾਤਸ਼ਾਹ ਕਿਰਪਾ ਕਰਨ, ਭੁੱਲਾਂ ਚੁੱਕਾਂ ਦੀ ਖਿਮਾ, ਫਤਿਹ ਬੁਲਾਓ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ।